स्वागत है किसान वीरो तुहाडा सिद्क डेयरी फार्मिंग दे विच। किसान वीरो एक होर वीडियो तुहानू दिखाउणे आ पिंड घोलिया खुरद मोगे जिले दे विचों। इहनू तहसील बागा पुराणा पैंदी है, घोलिया कलां पिंड इहदे बिलकुल नेड़े रह जांदा है, माणू के गिल भी इत्थों नेड़ा है। जिहड़े घर चों वीडियो बना रहे आ सिर्फ घर दी लोड़ वास्ते रखे हुए दो नाग सामने मझ तुसीं देख सकदे हो, ते एक इधर ये झोटी है जिहड़ी बाई ने बकाऊ करती सूआ। दोस्तों इन्हें पहला सुना है, बाकी आपां इनफॉर्मेशन बाई तो भी लवांगे, वीडियो नेट तक देखियो। शुरुआत च ही दस देना दोस्तों इहदे भी थण जे तुसीं देखोगे तो तुहानूं मुढ काफ़ी मोटा हैवी मुढ दिसदा होगा, थण दा थले नूं थण तिखा हो जांदा पतला हुंदा। चवाई भी उम्मीद है भी पोली नरम धार निकलूगी ते पसमा भी चंगा कढूगी। सेंग कुंडे आ दोस्तों, पर शेप जिद्दां दी है उह तुहाडे सामने आ, पिछों जाके अगले पासे नूं मुड़े हुए सेंग आ। कद काठ चंगे दी झोटी है, डिटेल आपां पुछांगे। पहलां तुसीं हवाने दी जजमेंट इवें भी करो क्योंकि घरेलू पशु आ ते जदों तोरदे आ उदों डरन लग जांदा कई बार, तो मैं इस करके इहदा हवाना तुहानूं एक बार इवें भी दिखाऊंगा, उदों बाद च तोरांगे भी इहनूं जरूर, फिर गल्लां बातां वी बाई नाल करांगे। दसो इनफॉर्मेशन उहनां तों लवांगे भी इहदी उम्र किन्नी क है। आओ बाई नाल मिलदे आ। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸਿਓ ਜੀ ਆਪਣਾ ਕੀ? ਮੈਂ ਡਾਕਟਰ ਬਸੰਤ ਬਾਵਾ। ਠੀਕ ਹੈ ਡਾਕਟਰ ਸਾਹਿਬ, ਇਹ ਜਿਹੜੀ ਝੋਟੀ ਵੇਚਣੀ ਹੈ ਕਿੰਨਵਾਂ ਸੂਆ? ਪਹਿਲਾ ਸੂਆ ਸਰ। ਉਮਰ ਅੰਦਾਜ਼ਾ? ਉਮਰ 3 ਸਾਲ ਦੀ ਹੈਗੀ। 3 ਸਾਲ ਦੀ ਹੈਗੀ। ਕਿੰਨੇ ਕੁ ਦਿਨ ਲਊਗੀ ਸੂਣ ਚ? ਬਸ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਅੰਦਾਜ਼ਾ ਜਾਂ ਕੋਈ ਕਿੰਨੇ ਕੁ ਦਿਨ ਰਹਿੰਦੇ ਹੋਣਗੇ? ਦਿਨ ਤਾਂ ਪੂਰੇ ਹੋਏ ਦੇ ਵੈਸੇ। ਠੀਕ ਹੈ, ਉੱਤੇ ਲੈ ਰਹੀ ਹੈ? ਹਾਂਜੀ ਉੱਤੇ ਲੈ ਰਹੀ ਹੈ ਦਿਨ। ਠੀਕ ਹੈ। ਅੱਛਾ ਇਹ ਪਤਾ ਕੁਛ ਕਿਹੜੇ ਸੀਮਨ ਦੀ ਹੈ ਆਪ ਤੇ, ਜਾਂ ਜਿਹੜੇ ਜਿਹੜਾ ਇਹਦੇ ਭਰਿਆ ਉਹਦਾ ਕੁਛ ਪਤਾ ਹੋਵੇ? ਜਿਹੜਾ ਤਾਂ ਉਹ ਸੀਮਨ ਦਾ ਨਹੀਂ ਪਤਾ ਵੀ ਕਿਹੜੇ ਦੀ ਹੈ, ਜਿਹੜਾ ਭਰਿਆ ਉਹ M51 ਦਾ। ਇਹਦੇ ਜਿਹੜਾ ਭਰਿਆ ਉਹ M51 ਤੇ ਇਹਦਾ ਨਹੀਂ ਪਤਾ ਵੀ ਇਹ ਕਿਹੜੇ ਸੀਮਨ ਦੀ। ਮਾਝੇ ਦੀ ਮਾਂ ਜਿਹੜੀ ਅੰਦਰ ਖੜੀ ਉਹ ਇਹਦੀ ਮਾਂ ਕਿ ਹੋਰ? ਹਾਂਜੀ ਹਾਂਜੀ ਇਸੇ ਦੀ ਮਾਂ। ਕਿੰਨਾ ਕੁ ਦੁੱਧ ਉਹ ਮਾਝ ਦੇਦੀ? ਉਹਦੇ ਥੱਲੇ ਹੈਗਾ 15 ਕਿਲੋ ਦੁੱਧ, ਲੀਟਰ ਹੈਗਾ 15 ਕਿਲੋ ਦੁੱਧ ਹੈਗਾ। ਠੀਕ ਹੈ। ਜੇ ਰੇਟ ਇਸ ਝੋਟੀ ਦਾ ਕੀ ਰੱਖਿਆ ਜੀ? 95,000 ਰੁਪਈਆ। ਠੀਕ ਹੈ ਦੋਸਤੋ, 95,000 ਰੇਟ ਹੈ। ਚੰਗੇ ਕੱਦ ਕਾਠ ਦੀ, 3 ਸਾਲ ਉਮਰ ਬਾਈ ਜੀ ਹੋਰੀ ਦੱਸਦੇ ਇਸ ਝੋਟੀ ਦੀ। ਕੱਦ ਤੁਸੀਂ ਅੰਦਾਜ਼ਾ ਲਾ ਲਓ, ਪਿੱਛੋਂ ਹੈਵੀ ਹੈ। ਮਾਂ ਇਹਦੀ ਬਾਈ ਜੀ ਹੋਰਾਂ ਦੇ ਕੋਲ ਆ, ਮੈਂ ਬਹੁਤਾ ਤਾਂ ਨੇੜੇ ਨਹੀਂ ਜਾਊਂਗਾ, ਡਰੂਗੀ, ਪਰ ਥਣ ਹਵਾਨਾ ਦੱਸਦਾ ਵੀ ਮੱਝ ਦੁੱਧ ਵਾਲੀ ਹੈ। ਥਣਾਂ 'ਚ ਬਿੱਥੀ ਬਹੁਤ ਸੋਹਣੀ ਦਿਖਾ ਰਹੀ ਹੈ, ਉੱਪਰੇ ਬੰਦੇ ਤੋਂ ਦੱਸੋ ਡਰਨਾ ਸੁਭਾਵਿਕ ਹੈ ਪਸ਼ੂ ਦਾ। ਡਾਕਟਰ ਸਾਹਿਬ ਖੋਲ੍ਹ ਕੇ ਇੱਧਰ ਨੂੰ ਤੋਰ ਕੇ ਆਪਾਂ, ਸੋ ਤੁਸੀਂ ਤੁਰਦੀ ਝੋਟੀ ਦੇਖਿਓ ਜੇ। 3 ਸਾਲ ਉਮਰ ਬਾਈ ਜੀ ਹੋਰੀ ਦੱਸ ਰਹੇ ਆ ਦੋਸਤੋ, ਤੇ ਕੱਦ ਕਾਠ ਚੰਗਾ ਕਰ ਗਈ ਹੈ। ਇਹਦਾ ਨਹੀਂ ਪਤਾ ਵੀ ਇਹ ਕਿਹੜੇ ਸੀਮਨ ਦੀ ਹੈ, ਪਰ ਜਿਹੜਾ ਇਹਦੇ ਭਰਿਆ ਹੈ ਉਹ ਜਿਹੜਾ ਸੀਮਨ ਹੈ ਉਹ M51 ਹੈ। ਸੋ M51 ਨੰਬਰ ਬੋਲ ਹੈ ਦੋਸਤੋ ਜਿਹੜੇ ਦਾ ਸੀਮਨ ਇਹਦੇ ਲੱਗਾ। ਹਵਾਨਾ ਦੱਸੋ ਇਹ ਜਿਹੜਾ ਉਹ ਮੋਟੇ ਥਣਾਂ ਦੇ ਨਾਲ ਸੋਹਣਾ ਹਵਾਨਾ ਦਿਖਾਉਂਦੀ ਹੈ, ਪਰ ਹਜੇ ਬਾਹਲਾ ਵੱਡਾ ਹਵਾਨਾ ਨਹੀਂ ਦਿਸਦਾ ਇਹਦਾ, ਪਰ ਦਿਨ ਹਜੇ ਲੱਗਦਾ ਵੀ ਉੱਤੇ ਲੈ ਜੂਗੀ, ਵੈਸੇ ਦਿਨ ਪੂਰੇ ਆ ਬਾਈ ਜੀ ਹੋਰੀ ਦੱਸਦੇ ਆ। ਸੋ ਦੋਸਤੋ ਇਹ ਇਹਦਾ ਤੁਸੀਂ ਢਾਂਚਾ ਅਤੇ ਸਟਰਕਚਰ ਨੂੰ ਸਮਝੋ। ਹਵਾਨਾ ਮੈਂ ਸ਼ੁਰੂਆਤ 'ਚ ਵੀ ਇਹਦੇ ਆਲੇ ਦੁਆਲੇ ਹੋ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਇਵੇਂ ਵੀ ਫਿਰ ਦਿਖਾਉਣਾ। ਸੋ ਰੇਟ ਬਾਈ ਨੇ 95,000 ਕੀਤਾ, ਮਾਨ ਤਾਨ ਵਿੱਚੋਂ ਥੋੜ੍ਹਾ ਬਹੁਤ ਕਰ ਦੂਗਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।